ਕੋਈ ਵੀ ਕਿਸਾਨ ਦਾ ਨੱਕਾ ਰਸਤੇ ਟੁੱਟ ਜੇ ਜਾਂਦਾ ਹੋਇਆ ਮੈਂ ਨਵਾਂ ਦੇਵਾਂਗਾ, ਮੇਰੀ ਇੰਨੀ ਗਰੰਟੀ ਹੈ ਨੱਕੇ ਦੀ। ਅਤੇ ਇੱਕ ਪਹੁੰਚਦਾ ਵੀ ਕਰ ਦਿੰਦੇ ਹਾਂ ਜਿੱਥੋਂ ਜੇ ਕੌਲ ਆ ਜੇ ਦੂਰੋਂ। ਇਹ ਨੱਕਾ ਮੇਰਾ ਉਹ ਨੱਕਾ ਹੈ ਜਦੋਂ ਲੋਕ ਮੈਨੂੰ ਮਜ਼ਾਕ ਉਡਾਉਂਦੇ ਸੀ ਕਿ ਇਹ ਕੋਈ ਕੰਮ ਹੈ ਜਿਹੜਾ ਤੂੰ ਚਲਾਇਆ ਨੱਕਿਆਂ ਵਾਲਾ, ਇਹ 2010 ਦਾ ਨੱਕਾ ਸਰਬਜੀ ਜੀ। ਹਾਂਜੀ, ਹੁਣ ਆਪਾਂ ਸਰਬਜੀ ਲਓ ਵੀ ਮਿੱਤਰੋ, ਅੱਜ ਆਪਾਂ ਪਹੁੰਚੇ ਹੋਏ ਹਾਂ ਪੰਜਾਬ ਦੇ ਅਜੂਬੇ ਰਾਠੀ ਕਲਾ ਕੇਂਦਰ ਦੇ ਵਿੱਚ, ਅਤੇ ਆਪਾਂ ਸੁਣਿਆ ਇੱਥੋਂ ਬਹੁਤਿਆਂ ਤੋਂ ਆਸ ਪਾਸ ਵੀ ਸੁਣਦੇ ਵੀ ਰਾਠੀ ਕਲਾ ਕੇਂਦਰ ਨੇ ਲੱਖਾਂ ਲੀਟਰ ਪਾਣੀ ਬਚਾ ਤਾ, ਬਹੁਤ ਵੱਡਾ ਸਹਿਯੋਗ ਆ ਪਾਣੀ ਬਚਾਉਣ ਦੇ ਵਿੱਚ, ਅਤੇ ਉਹ ਪਾਣੀ ਬਚਾਉਣ ਦੇ ਵਿੱਚ ਸਹਿਯੋਗ ਕਿਵੇਂ ਆਪਾਂ ਕਰਦੇ ਹਾਂ ਰਾਠੀ ਕਲਾ ਗੁਰਮੀਤ ਦੇ ਨਾਲ ਗੱਲ ਜੀ। ਹਾਂਜੀ ਮੇਰੇ ਪਿਆਰੇ ਵੀਰੋ, ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਵੀਰ ਸਰਬਜੋਤ ਜੀ ਦਾ ਅਤੇ ਸਾਡੇ ਵੀਰ ਸਰਬਜੀਤ ਜੀ ਦਾ ਬਹੁਤ ਬਹੁਤ ਇੱਥੇ ਪਹੁੰਚਣ ਲਈ ਮੇਰੇ ਦੋਨਾਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਓ ਤੁਹਾਨੂੰ ਦਿਖਾਈਏ ਕਿ ਲੱਖਾਂ ਲੀਟਰ ਪਾਣੀ ਰਾਠੀ ਨੇ ਕਿਵੇਂ ਬਚਾਇਆ 2009 ਤੋਂ ਲੈ ਕੇ 2024 ਤੱਕ। ਪਹਿਲਾਂ ਸਭ ਤੋਂ ਪਹਿਲੇ ਨੱਕਾ ਦਿਖਾ ਦਈਏ, ਇਹ ਨੱਕਾ ਮੇਰਾ ਉਹ ਨੱਕਾ ਹੈ ਜਦੋਂ ਲੋਕ ਮੈਨੂੰ ਮਜ਼ਾਕ ਉਡਾਉਂਦੇ ਸੀ ਕਿ ਇਹ ਕੋਈ ਕੰਮ ਹੈ ਜਿਹੜਾ ਤੂੰ ਚਲਾਇਆ ਨੱਕਿਆਂ ਵਾਲਾ, ਇਹ 2010 ਦਾ ਨੱਕਾ ਸਰਬਜੀ ਜੀ। ਹਾਂਜੀ, ਹੁਣ ਆਪਾਂ ਸਰਬਜੀ ਇਹਦੇ ਨੱਕੇ ਨੇ ਜਿਹੜੇ ਇਹਨਾਂ ਨੂੰ ਪੱਕੇ ਖਾਲਾਂ 'ਚ ਲਾ ਸਕਦੇ ਹਾਂ, ਇਹਨਾਂ ਨੂੰ ਕੱਚੇ ਖਾਲਾਂ 'ਚ ਲਾ ਸਕਦੇ ਹਾਂ। ਅੱਜ ਆਪਾਂ ਸਰਬਜੀ ਜੀ ਦਿਖਾਈਏ ਲੱਗਦੇ ਕਿਵੇਂ ਆ। ਆਹ ਦੇਖੋ ਵੀਰੋ, ਤੁਸੀਂ ਇਸ ਤਰ੍ਹਾਂ ਪੱਕਾ ਬਣਾ ਕੇ ਇਸ ਤਰ੍ਹਾਂ ਢੱਕਣ ਚੱਕੋ, ਪਾਣੀ ਲਾ ਦਿਓ। ਜੇ ਤੁਹਾਡਾ ਬੰਨ ਕੱਚਾ ਹੋਇਆ ਇੱਕ ਵਾਰੀ ਟੁੱਟ ਗਿਆ ਤਾਂ ਤੁਹਾਡਾ 10 ਲੀਟਰ ਦਾ ਤੇਲ ਲੱਗ ਜਾਣਾ ਜਨਰੇਟਰ ਦੇ ਉੱਤੇ, ਤਾਂ ਉਹ ਲੱਖਾਂ ਪਾਣੀ ਬਰਬਾਦ ਹੋ ਜਾਣਾ ਕਿਉਂਕਿ ਰਮੇ ਹੋਏ ਦੇ ਵਿੱਚ ਪੈ ਜਾਣਾ ਅਤੇ ਤੁਹਾਡਾ ਰਮਣੋ ਰਹਿ ਜਾਣਾ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਨੱਕੇ ਲਾਓ, ਨਾ ਤਾਂ ਇਹਨਾਂ ਨੱਕਿਆਂ ਨੂੰ ਸਿਉਂਕ ਪੈਂਦੀ ਹੈ ਨਾ ਇਹਨਾਂ ਨੱਕਿਆਂ ਨੂੰ ਜਰ ਲੱਗਦੀ ਹੈ, ਕਿਉਂਕਿ ਜੇ ਸੀਮੈਂਟ ਲੋਹੇ ਦੀ ਫੱਟੀ ਪਾਓਗੇ ਉਹਨੂੰ ਜਰ ਲੱਗ ਜੂ, ਲੱਕੜ ਨੂੰ ਸਿਉਂਕ ਖਾ ਜੂਗੀ। ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨੇ ਸਾਈਜ਼ਾਂ ਦੇ ਨੇ ਸਾਡੇ ਕੋਲ। ਜਿਵੇਂ ਇਹ ਨੱਕਾ ਹੈ, ਇਹ 1 ਫੁੱਟ ਦਾ ਨੱਕਾ, 1 ਮੋਟਰ ਦਾ ਪਾਣੀ ਬਹੁਤ ਵਧੀਆ ਕੱਢਦਾ ਇਹ। ਉਸ ਤੋਂ ਬਾਅਦ 1.25 ਫੁੱਟ ਦਾ ਆ ਗਿਆ, ਉਸ ਤੋਂ ਬਾਅਦ ਸਾਡੇ ਕੋਲ 1.5 ਫੁੱਟ ਦਾ ਆ ਗਿਆ। ਸਾਡੇ ਹਰ ਨੱਕੇ ਦੀ ਕੁਆਲਿਟੀ ਇਹ ਹੈ ਵੀ ਸਾਈਜ਼ ਨੰਬਰ ਪੱਕਾ ਲਿਖਿਆ ਹੋਊਗਾ 18x18 ਦੇ, ਆਹ ਵੀ 18x18 1.5 ਫੁੱਟ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਸਰਬ ਜੀ ਆ ਗਿਆ 20x18, ਠੀਕ ਹੈ ਜੀ। ਕੁੱਲ ਨੱਕੇ ਤੇ 20x18 ਲਿਖਿਆ ਹੋਊਗਾ, 20x18 ਵੀ ਜੇ ਕਿਸਾਨ ਦੀ ਫੱਟੀ ਟੁੱਟ ਜਾਏ ਉਹਨੂੰ ਇੰਚੀ ਟੇਪ ਨਾ ਚੱਕਣਾ ਪਊ, ਵੀ ਜੇ ਕਿਸੇ ਨੂੰ ਮਤਲਬ ਜਿੰਨੀ ਮਰਜ਼ੀ ਗਿਣਤੀ ਦੇ ਵਿੱਚ ਜਿੰਨੇ ਮਰਜ਼ੀ ਇਹ ਵੀ 20x18 ਆ ਗਿਆ। ਇਹ ਸਰਬੀ ਆ ਗਿਆ 22x18, ਇਹ ਵੀ 22x18, ਇਹ ਆ ਗਿਆ ਸਾਡੇ ਕੋਲ 24x20, ਠੀਕ ਹੈ ਜੀ, ਜਿਹਦਾ ਇੱਥੋਂ ਸਾਈਜ਼ 24x20 ਹੈ, ਇੱਥੋਂ 30 ਇੰਚ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ 26x20, ਉਸ ਤੋਂ ਆ ਗਿਆ 26x16, ਹਾਂਜੀ, ਇਹ ਕੱਚੇ ਖਾਲਾਂ 'ਚ ਲੱਗਦਾ ਸਪੈਸ਼ਲ। ਉਸ ਤੋਂ ਬਾਅਦ ਸਾਡੇ ਕੋਲ ਆ ਗਿਆ 29x20 ਨੱਕਾ, ਇਹ ਲੈਂਡ 29x20 ਦੀ ਆ, ਇਹ 31x18 ਦੀ ਆ, ਇਹ 32x20 ਦਾ ਆ ਗਿਆ, ਹਾਂਜੀ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ 35x20, ਠੀਕ ਹੈ ਜੀ, ਇਹ ਨੱਕਾ 35x20 ਆ, ਹਾਂਜੀ। ਉਸ ਤੋਂ ਬਾਅਦ 28x18 ਆ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਸਾਰੇ ਸਾਈਜ਼ਾਂ ਦੇ ਸਾਰੇ ਖਾਲਾਂ ਦੇ ਸਾਡੇ ਕੋਲ ਹਰ ਸਮੇਂ ਨੱਕੇ ਤਿਆਰ ਮਿਲਦੇ ਨੇ ਬਠਿੰਡਾ ਮਾਨਸਾ ਰੋਡ ਦੇ ਉੱਪਰ। ਇੱਕ ਅਸੀਂ ਨੱਕਾ ਬਣਾਇਆ ਕੱਚੇ ਖਾਲ ਵਾਲਾ, ਆਓ ਤੁਹਾਨੂੰ ਦਿਖਾਈਏ, ਠੀਕ ਹੈ ਜੀ। ਜਿਹੜਾ ਇਹ ਨੱਕਾ ਹੈ ਇਹ ਤੁਸੀਂ ਕੱਚੇ ਖਾਲ 'ਚ ਲਾ ਸਕਦੇ ਹੋ, ਠੀਕ ਹੈ ਜੀ, ਠੀਕ। ਇਹਨੂੰ ਡਾਕਰ ਜ਼ਮੀਨ ਹੋਵੇ, ਸਖ਼ਤ ਜ਼ਮੀਨ ਦੇ ਵਿੱਚ, ਹਾਂਜੀ, ਤੁਸੀਂ ਇਸ ਤਰ੍ਹਾਂ ਇਹਨੂੰ ਦੋਨਾਂ ਪਾਸਿਓਂ ਮਿੱਟੀ ਦੇ ਵਿੱਚ ਦੱਬ ਦਿਓ, ਤੁਹਾਨੂੰ ਲੋੜ ਨਹੀਂ। ਜੇ ਤੁਸੀਂ ਵਾਹਣ ਠੇਕੇ 'ਤੇ ਲਿੱਤਾ ਤਾਂ ਅਗਲੀ ਵਾਰੀ ਉਹਨੂੰ ਦੂਸਰੇ ਖੇਤ ਲਿਜਾ ਸਕਦੇ। ਇੱਕ ਆਪਾਂ ਜੀ ਮਟੀਰੀਅਲ ਦੀ ਗੱਲ ਕਰੀਏ ਜੀ, ਮਟੀਰੀਅਲ ਦੇਖਿਆ ਕਈ ਨੱਕਿਆਂ ਵਿੱਚ ਮਟੀਰੀਅਲ ਮੈਂ ਤੁਹਾਨੂੰ ਅੰਦਰ ਦਿਖਾਉਣਾ, ਆਓ ਚੱਲੀਏ। ਕੀ ਤਾਰ ਪਾਈ ਹੁੰਦੀ ਹੈ? ਨਹੀਂ ਨਹੀਂ ਨਹੀਂ, ਤਾਰ ਨਹੀਂ ਅਸੀਂ ਪਾਉਂਦੇ, ਸਰੀਆ ਪਾਉਂਦੇ ਹਾਂ। ਆਓ ਆਪਾਂ ਦਰਸ਼ਕਾਂ ਨੂੰ ਦਿਖਾ ਦਈਏ, ਠੀਕ ਹੈ ਜੀ, ਇੱਕ ਟੋਕਾ ਸੈਂਡ ਵਰਗੀ, ਕਿਉਂਕਿ ਇਹ ਬਰੇਤੀ ਨਾਲ ਜੇ ਤੁਸੀਂ ਨੱਕੇ ਬਣਾਓਗੇ ਤਾਂ ਤੁਹਾਡਾ ਨੱਕਾ ਕਦੇ ਵੀ ਨਹੀਂ ਹੋਊਗਾ। ਕੋਈ ਵੀ ਨੱਕਾ ਜਿਹੜਾ ਅੰਦਰ ਬਣਿਆ ਪਿਆ ਇਹਨੂੰ ਤੁਸੀਂ ਭੋਰ ਕੇ ਦਿਖਾ ਦਿਓ। ਕੋਈ ਵੀ ਕਿਸਾਨ ਦਾ ਨੱਕਾ ਰਸਤੇ ਟੁੱਟ ਜੇ ਜਾਂਦਾ ਹੋਇਆ ਮੈਂ ਨਵਾਂ ਦੇਵਾਂਗਾ, ਮੇਰੀ ਇੰਨੀ ਗਰੰਟੀ ਹੈ ਨੱਕੇ ਦੀ। ਅਤੇ ਇੱਕ ਪਹੁੰਚਦਾ ਵੀ ਕਰ ਦਿੰਦੇ ਹਾਂ ਜਿੱਥੋਂ ਜੇ ਕੌਲ ਆ ਜੇ ਦੂਰੋਂ ਕਿਤੋਂ ਜੀ? ਜਿੱਥੋਂ ਮਰਜ਼ੀ ਜੀ, ਪਹੁੰਚ ਅਸੀਂ ਕਰਾਇਆ ਅਗਲੇ ਦਾ ਲੱਗਣਾ, ਪਹੁੰਚ ਅਸੀਂ ਕਰ ਦੇਣੀ ਆ। ਉਸ ਤੋਂ ਬਾਅਦ ਇਹ ਪਿਆ ਸਰੀਆ ਜਿਹੜਾ ਅਸੀਂ ਪਾਉਂਦੇ ਹਾਂ ਵਿੱਚ, ਠੀਕ ਹੈ ਜੀ। ਆਹ ਵੇਖੋ, ਤੁਹਾਨੂੰ ਦਿਖਾ ਦਈਏ, ਦੇਖਦੇ ਹਾਂ ਆਪਾਂ ਨਾ ਬਿਲਕੁਲ ਬਰੀਕ ਤਾਰਾਂ, ਸਮਝ ਲਓ ਵੀ ਤਾਰ ਹੀ ਪਾਈ ਹੁੰਦੀ ਹੈ, ਸਰੀਆ ਤਾਂ ਉਹਨੂੰ ਕਹਿ ਨਹੀਂ ਸਕਦੇ ਹੁੰਦੇ ਆਪਾਂ। ਨਾ ਨਾ, ਬਿਲਕੁਲ ਸਰੀਆ ਸੱਚ, ਕਿਉਂਕਿ ਜੇ ਤੁਸੀਂ ਚੀਜ਼ ਚੰਗੀ ਬਣਾਓਗੇ ਨਾ ਗਾਹਕ ਆਪੇ ਆਊਗਾ। ਦੇਖੋ ਸਰਬੀ ਜੀ, ਸਾਰੇ ਸਰੀਏ ਨੇਗੇ,
ਕੋਈ ਤਾਰ ਕਰੇ ਸਾਰੇ ਸਰੀਏ ਪੂਰਾ ਵਧੀਆ ਮਟੀਰੀਅਲ ਹੋਊਗਾ, ਇੱਕ ਨੰਬਰ ਚੀਜ਼ ਹੋਊਗੀ, ਬਹੁਤ ਹੀ ਸੋਹਣੀ। ਕਿਉਂਕਿ ਜੇ ਮੈਂ ਮਾੜੇ ਨੱਕੇ ਬਣਾਉਂਦਾ, ਆਹ ਕੱਚੇ ਖਾਲਾਂ ਵਾਲੇ ਨੱਕੇ ਤਿਆਰ ਹੋ ਰਹੇ ਵੀਰਾਂ ਦੇ ਆਰਡਰ ਦੇ ਉੱਤੇ, ਆਹ ਤੁਸੀਂ ਵੇਖੋ ਇਹਨਾਂ ਦੀ ਮਟਾਈ ਕਿੰਨੀ ਆ। ਆਹ ਦੇਖੋ ਸਾਡਾ ਜਿੰਨਾ ਫਰਮ ਹੈ ਉਹਨਾਂ ਅਸੀਂ ਫੁੱਲ ਭਰਿਆ ਹੋਇਆ। ਠੀਕ ਹੈ ਜੀ, ਠੀਕ ਹੈ, ਪੂਰੇ ਵਧੀਆ ਗਰੰਟੀਦਾਰ ਨੱਕੇ ਨੇ। ਹਾਂਜੀ, ਹਰੇਕ ਨੱਕੇ 'ਤੇ ਨੰਬਰ ਹੋਊਗਾ ਸਾਡਾ। ਅਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਨੱਕੇ ਲਾਓ, ਹਾਂਜੀ, ਅਤੇ ਲੱਖਾਂ ਲੀਟਰ ਪਾਣੀ ਬਚਾਓ। ਇੱਕ ਵਾਰ ਬਠਿੰਡਾ ਮਾਨਸਾ ਰੋਡ ਦੇ ਉੱਪਰ ਰਾਠੀ ਨੂੰ ਨੰਬਰ ਨੋਟ ਕਰੋ, 97803 97724 97803 47724 ਦੇ ਉੱਤੇ ਕਾਲ ਕਰਕੇ ਤੁਸੀਂ ਨੱਕਾ ਲੈਣ ਆਉਣਾ। ਖਾਲ ਦੱਸਣਾ ਤੁਹਾਡਾ ਪੱਕਾ ਕਿੰਨਾ ਚੌੜਾ, ਜੇ ਕੱਚੇ 'ਚ ਲਾਉਣਾ ਤਾਂ ਅਸੀਂ ਕੱਚੇ ਵਾਲੇ ਤਿਆਰ ਕਰਾਂਗੇ, ਤੁਹਾਡੇ ਘਰ ਤੱਕ ਪਹੁੰਚ ਕਰਾਂਗੇ। ਮੋਟਰਸਾਈਕਲ ਰੇਹੜੀ 'ਤੇ ਭੇਜੀਏ, ਭਾਵੇਂ ਅਸੀਂ ਗੱਡੀ 'ਤੇ ਭੇਜੀਏ, ਉਹਦਾ ਕਿਰਾਇਆ ਤੁਹਾਡਾ ਹੋਊਗਾ। ਜੇ ਤੁਸੀਂ ਜ਼ਿਆਦਾ ਨੱਕੇ ਲੈਣੇ ਫਿਰ ਅਸੀਂ ਕਿਰਾਇਆ ਵੀ ਕੋਲੋਂ ਦੇ ਦਿੰਦੇ ਹਾਂ, ਪਰ ਤੁਸੀਂ ਨੱਕੇ ਲਾਓ ਜ਼ਰੂਰ, ਪਾਣੀ ਜ਼ਰੂਰ ਬਚਾਓ। ਹਾਂਜੀ ਹਾਂਜੀ ਹਾਂਜੀ।